ਕੁੜੀ ਦਾ ਪਰਸ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਘਟਨਾ ਉੱਥੇ ਲੱਗੇ CCTV ਕੈਮਰੇ 'ਚ ਕੈਦ ਹੋ ਗਈ। ਇਸ ਸੰਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੀ ਥਾਣਾ ਮੋਕਮਪੁਰਾ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਉਕਤ ਲੜਕੀ BBC ਕਾਲਜ ਅਸਿਸਟੈਂਟ ਪ੍ਰੋਫੈਸਰ ਲੱਗੀ ਹੋਈ ਹੈ ਅਤੇ ਛੁੱਟੀ ਤੋਂ ਬਾਅਦ ਆਪਣੇ ਪੇਕੇ ਘਰ ਰਹੀ ਸੀ ਕਿ ਘਰ ਦੀ ਗਲੀ ਵਿੱਚ ਹੀ ਲੜਕੀ ਦਾ ਪਰਸ ਖੋਹ ਕੇ ਮੋਟਰਸਾਈਕਲ ਸਵਾਰ 9 ਤੋਂ 11 ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ASI ਨੇ ਦੱਸਿਆ ਕਿ CCTV ਵੀ ਫੁਟੇਜ ਦੇ ਆਧਾਰ 'ਤੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਕੱਲ ਅੰਕਲਾ ਭਾਂਬਰੀ ਨਾਂ ਦੀ ਲੜਕੀ ਸੀ, ਵਾਈਫ ਆਫ ਪੰਕਜ ਭਾਂਬਰੀ, ਉਹ ਨਾ ਇੱਥੇ ਥਾਣੇ ਆ ਕੇ ਨਾ ਉਹਨੇ ਮੇਰੇ ਕੋਲ ਸਟੇਟਮੈਂਟ ਦਰਜ ਕਰਾਈ ਕਿ ਮੈਂ BBB ਸਕੂਲ ਜਿਹੜਾ ਵਾ ਆਪਣੇ ਲਾਂਸ ਰੋਡ 'ਤੇ ਕਾਲਜ ਆ, ਉੱਥੇ ਮੈਂ ਅਸਿਸਟੈਂਟ ਪ੍ਰੋਫੈਸਰ ਲੱਗੀ ਅਤੇ ਕਰੀਬ 3 ਵਜੇ ਉਹ ਕਾਲਜ ਤੋਂ ਛੁੱਟੀ ਕਰਕੇ ਅਤੇ ਘਰ ਨੂੰ ਆ ਰਹੀ, ਆਪਣੇ ਪੇਕੇ ਘਰ ਆ ਰਹੀ ਅਤੇ ਜਦੋਂ ਗਲੀ ਨੰਬਰ 14 ਹਾਊਸ ਨੰਬਰ 3 ਉਹਦਾ ਘਰ ਦੇ ਗੇਟ ਗਾੜੀ ਆਣ ਕੇ ਅਤੇ ਰੁਕੀ ਤੋਂ ਪਿੱਛੇ 2 ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਉਹਦਾ ਪਰਸ ਝਪਟ ਕੇ ਅਤੇ ਲੈ ਗਏ ਅਤੇ ਅਸੀਂ ਮੈਂ ਆਪਣੇ FIR ਦਰਜ ਮੁਕਦਮਾ ਨੰਬਰ 28 ਦਰਜ ਕਰਤਾ ਅਤੇ ਜਿਹੜੀ ਇਹ ਦੋਸ਼ੀਆਂ ਨੂੰ ਆਪਾਂ ਕੋਸ਼ਿਸ਼ ਕਰ ਰਹੇ ਹਾਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਜਿਹੜੀ ਅਮਲ 'ਚ ਲਿਆਵਾਂਗੇ। ਨਹੀਂ ਅਜੇ ਨਹੀਂ ਹੋਈ, ਉਹਨਾਂ ਨੇ ਜਿਹੜੀ ਮਦਈ ਨੇ ਜਿਹੜੀ ਲੜਕੀ ਦਾ ਬਾਪ ਆ ਉਹਨਾਂ ਦਾ ਕੈਮਰਾ ਲੱਗਿਆ ਸੀ CCTV ਕੈਮਰੇ ਦੇ ਵਿੱਚ, ਉਹਨਾਂ ਨੇ ਸਾਨੂੰ ਇੱਕ ਫੁਟੇਜ ਦਿੱਤੀ ਆ, ਉਹਦੇ ਆਧਾਰ 'ਤੇ ਆਪਾਂ ਦੇਖ ਰਹੇ ਹਾਂ ਜੀ ਜੋ ਵੀ। ਹਾਂਜੀ।